ਅਸੀਂ ਗੱਲ ਕਰਾਂਗੇ ਕੋਰੋਨਾ ਨੂੰ ਲੈ ਕੇ ਫੈਲਾਏ ਜਾ ਰਹੇ ਝੂਠ ਦੀ। ਛੱਤੀਸਗੜ੍ਹ ਦੇ ਕਨਕਰਾ ਜ਼ਿਲ੍ਹੇ ਦੇ ਵਿੱਚ ਇੱਕ ਅਫਵਾਹ ਫੈਲਾਈ ਜਾ ਰਹੀ ਹੈ। ਵਟਸਐਪ 'ਤੇ ਮੈਸੇਜ ਭੇਜਿਆ ਜਾ ਰਿਹਾ ਹੈ ਜਿਸ ਵਿੱਚ ਲਿਖਿਆ ਹੈ ਕਿ ਪਿੰਡ ਡੋਗਰਾ ਵਿੱਚ ਅਸ਼ੋਕ ਨਾਮ ਦੇ ਵਿਅਕਤੀ ਦੇ ਸਾਹਮਣੇ ਇੱਕ ਔਰਤ ਪ੍ਰਗਟ ਹੋਈ ਜਿਸ ਨੇ ਕਾਲੀ ਮਾਤਾ ਦਾ ਰੂਪ ਧਾਰਿਆ ਹੋਇਆ ਸੀ। ਉਹਨਾਂ ਨੇ ਕਿਹਾ ਕਿ ਮੈਂ ਕੋਰੋਨਾ ਦਾ ਨਾਸ਼ ਕਰਨ ਧਰਤੀ 'ਤੇ ਆਈ ਹਾਂ। ਇਹ ਮੈਸੇਜ ਨੂੰ 21 ਲੋਕਾਂ ਤੱਕ ਫਾਰਵਰਡ ਕਰੋ। ਜਿਹੜਾ ਨਹੀਂ ਕਰੇਗਾ ਉਸਦੇ ਪਰਿਵਾਰ ਨੂੰ ਕੋਰੋਨਾ ਹੋ ਜਾਵੇਗਾ। ਲੋਕਾਂ ਨੇ ਸੱਚ ਮੰਨ ਕੇ 21 ਲੋਕਾਂ ਨੂੰ ਇਹ ਮੈਸੇਜ ਫਾਰਵਰਡ ਕੀਤਾ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਰੋਨਾ ਦਾ ਇਲਾਜ ਵਟਸਐਪ ਨਹੀਂ ਹੈ ਬਲਕਿ ਹਸਪੀਟਲ ਹੈ। ਇਹੋ ਜਿਹੀਆਂ ਅਫਵਾਹਾਂ ਨੂੰ ਰੋਕਣ ਲਈ ਵਟਸਐਪ ਆਪਣੇ ਫੀਚਰਸ ਵਿੱਚ ਕੁਝ ਚੇਂਜ ਲੈ ਕੇ ਆ ਰਿਹਾ ਹੈ। ਵਟਸਐਪ ਨੇ ਐਲਾਨ ਕੀਤਾ ਹੈ ਕਿ ਜੋ ਮੈਸੇਜ 5 ਲੋਕਾਂ ਦੀ ਚੇਨ ਵਿੱਚ ਆਲਰੇਡੀ ਚੱਲ ਚੁੱਕਿਆ ਹੈ ਉਹ ਅੱਗੇ ਸਿਰਫ ਇੱਕ ਯੂਜ਼ਰ ਨੂੰ ਫਾਰਵਰਡ ਕੀਤਾ ਜਾਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਹੋ ਜਿਹੀ ਅਫਵਾਹਾਂ 'ਤੇ ਰੋਕ ਲੱਗ ਸਕਦੀ ਹੈ। ਕੋਰੋਨਾ ਦੇ ਝੂਠ ਅਤੇ ਇਸ ਨਾਲ ਲੜਨ ਦੀ ਤਿਆਰੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ। ਹੁਣ ਦੱਸਾਂਗੇ ਕੋਰੋਨਾ ਦੇ ਸੱਚ ਦੀ। ਲੋਕਾਂ ਦੇ ਦਿਮਾਗ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਕਿ ਜਿਵੇਂ ਜਿਵੇਂ ਟੈਂਪਰੇਚਰ ਇਨਕਰੀਜ਼ ਹੋਵੇਗਾ ਕੀ ਕੋਰੋਨਾ ਖਤਮ ਹੋ ਜਾਵੇਗਾ? ਤਾਂ ਤੁਹਾਨੂੰ ਦੱਸ ਦਈਏ, WHO ਦੀ ਰਿਪੋਰਟ ਦੇ ਅਕੋਰਡਿੰਗ ਕੋਰੋਨਾ ਸਰਦੀ ਗਰਮੀ ਬਰਸਾਤ ਹਰ ਮੌਸਮ ਵਿੱਚ ਫੈਲ ਸਕਦਾ ਹੈ। ਇੰਡੀਆ ਕੌਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਬਲਰਾਮ ਭਾਰਗਵ ਸਾਇੰਟਿਸਟ ਨੇ ਵੀ ਇਹ ਦੱਸਿਆ ਹੈ ਕਿ ਹਜੇ ਤੱਕ ਕੋਰੋਨਾ ਵਾਇਰਸ ਦੇ ਟੈਂਪਰੇਚਰ ਨਾਲ ਫੈਲਣ ਤੇ ਹਜੇ ਕੁਝ ਨਹੀਂ ਕਹਿ ਸਕਦੇ। ਕੋਰੋਨਾ ਦੀ ਇਸ ਗੱਲ ਤੇ ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ 40 ਡਿਗਰੀ ਤੇ ਸ਼ਾਇਦ ਵਾਇਰਸ ਜਿੰਦਾ ਨਹੀਂ ਰਹਿੰਦਾ, ਪਰ ਅਸੀਂ ਜ਼ਿਆਦਾ ਟਾਈਮ ਅੰਦਰ ਸਪੈਂਡ ਕਰਦੇ ਹਾਂ ਜਿਸ ਕਰਕੇ ਅੰਦਰ ਦਾ ਟੈਂਪਰੇਚਰ ਇੰਨਾ ਨਹੀਂ ਹੁੰਦਾ ਤੇ ਗਰਮੀ ਨਾਲ ਇਹ ਵਾਇਰਸ ਘਟੇਗਾ ਐਵੇਂ ਨਹੀਂ ਲੱਗਦਾ। ਇਸ ਕਰਕੇ ਕੋਰੋਨਾ ਗਰਮੀ ਨਾਲ ਖੁਦ ਘਟ ਜਾਏ ਜਾਂ ਉਸ ਤੋਂ ਬਚਣ ਲਈ ਤੁਸੀਂ ਧੁੱਪ ਵਿੱਚ ਬੈਠੋ, ਇਹ ਗਲਤ ਹੈ। ਤੁਸੀਂ ਲੋਕਡਾਊਨ ਦਾ ਪਾਲਣ ਕਰੋ ਅਤੇ ਘਰ ਵਿੱਚ ਰਹਿ ਕੇ ਡਾਕਟਰਸ ਅਤੇ ਸਰਕਾਰ ਦੀ ਸਪੋਰਟ ਕਰੋ। ਇਹ ਸੀ ਕੋਰੋਨਾ ਦਾ ਝੂਠ ਜੋ ਅਫਵਾਹਾਂ ਵਿੱਚ ਫੈਲ ਰਿਹਾ ਹੈ। ਸਾਨੂੰ ਕੋਰੋਨਾ ਨਾਲ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਹੈ। ਕੋਈ ਰਿਲੀਜਨ ਜਾਂ ਕੋਈ ਆਪਸੀ ਬਹਿਸਬਾਜ਼ੀ ਵਿੱਚ ਨਹੀਂ ਫਸਣਾ ਚਾਹੀਦਾ ਜੋ ਸਾਡੇ ਦੇਸ਼ ਨੂੰ ਕਮਜ਼ੋਰ ਕਰੇ। ਸਟੇ ਹੋਮ, ਸਟੇ ਹੈਲਦੀ। ਹੋਰ ਵੀ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।